ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਨਾਨੋਕੇ ਸਰਦਾਰ ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚੋਂ ਅਤੇ ਅੱਜ ਤੁਹਾਨੂੰ ਇੱਕ ਆ ਗੱਬਨ ਮੱਝ ਅਤੇ ਇੱਕ ਆ ਗੱਬਨ ਜਰਸੀ ਗਰੋਸ ਤੁਹਾਨੂੰ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਆ ਚੰਗੀ ਸਾਂਭ ਵਾਲੀ ਹੈ ਬੜੀ ਸ਼ਾਂਤ ਜਿਹੀ ਸੁਭਾਅ ਦੀ ਜਿਹੜੀ ਵੈਡ ਤੁਹਾਨੂੰ ਆਹ ਵਾਲੀ ਤੁਹਾਨੂੰ ਦਿਖਾਵਾਂਗੇ ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਅਤੇ ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ। ਹਾਂ ਵੀਰ ਜੀ ਮੇਰਾ ਮਲਕੀਤ ਸਿੰਘ ਪਿੰਡ ਨਾਨੋਕੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਅਤੇ ਆਪਾਂ ਨੂੰ ਗੱਗੋਮਲ ਵੀ ਲਾਗੇ ਪੈ ਜਾਂਦਾ ਅਤੇ ਚਮਿਆਰੀ ਵੀ ਲਾਗੇ ਪੈ ਜਾਂਦਾ ਵੀ 4 ਕਿਲੋਮੀਟਰ। ਠੀਕ ਹੈ। 3-4 ਕਿਲੋਮੀਟਰ ਚਮਿਆਰੀ ਪੈ ਜਾਂਦਾ ਅਤੇ ਦਿਆਲ ਭੜੰਗ ਵੀ ਲਾਗੇ ਹੀ ਹੈ। ਦਿਆਲ ਭੜੰਗ ਵੀ ਲਾਗੇ ਪੈ ਜਾਂਦਾ। ਠੀਕ ਹੈ। ਹਾਂਜੀ। ਅਤੇ ਫੋਨ ਨੰਬਰ ਇੱਕ ਵਾਰੀ ਬੋਲ ਦਿਓ ਆਪਣਾ। ਫੋਨ ਨੰਬਰ 99-143-0295। ਠੀਕ ਹੈ। ਅਤੇ ਵਪਾਰ ਦਾ ਕੰਮ ਫਿਰ ਆਪਣਾ। ਹਾਂਜੀ ਹਾਂਜੀ ਵਪਾਰ ਦਾ ਕੰਮ ਕਰੀਦਾ। ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ? ਕੰਮ ਵਿੱਚ ਮੈਨੂੰ ਕਾਫੀ ਟਾਈਮ ਹੋ ਗਿਆ ਵਿੱਚ ਮੈਂ ਥੋੜਾ ਜਿਹਾ ਬੰਦ ਕਰਤਾ ਸੀ ਤੇ ਹੁਣ ਫਿਰ। ਅੱਛਾ ਹੁਣ ਮਹੀਨਾ ਹੋ ਗਿਆ ਫਿਰ ਚਾਲੂ ਕਰਤਾ। ਅੱਛਾ ਹੁਣ ਫਿਰ ਸ਼ੁਰੂ ਕੀਤਾ ਵਾ। ਹਾਂਜੀ ਹਾਂਜੀ। ਠੀਕ ਹੈ। ਤੇ ਚਲੋ ਫਿਰ ਸ਼ੁਰੂਆਤ ਫਿਰ ਆਪਾਂ ਗਾਂ ਤੋਂ ਹੀ ਕਰ ਲਈਏ ਉਹ ਤੋਂ ਬਾਅਦ ਕਿ ਪਹਿਲਾਂ ਮੱਝ ਦਿਖਾ ਦਈਏ। ਚਲੋ ਪਹਿਲਾਂ ਮੱਝ ਤੁਹਾਨੂੰ ਦਿਖਾ ਦਈਏ ਫਿਰ ਤੁਹਾਨੂੰ ਗਾਂ ਦਿਖਾਉਂਦੇ ਹਾਂ। ਪਸ਼ੂ ਦੋ ਆ ਚਲੋ ਦੋਵੇਂ ਸੋਹਣੀਆਂ ਵਾ। ਗਾਂ ਜਿਹੜੀ ਤਿਆਰ ਹੀ ਆ ਅਤੇ ਮੱਝ ਥੋੜ੍ਹਾ ਜਿਹਾ ਟਾਈਮ ਅਜੇ ਵੱਧ ਖੜਦੀ ਆ। ਕਿੰਨਾ ਕੁ ਟਾਈਮ ਵੀਰ ਜੀ ਖੜਦੀ ਆ? ਇੱਕ ਤਰੀਕ ਨੂੰ ਕਹਿੰਦੇ ਲੱਗਣਾ ਦਸਵਾਂ ਮਹੀਨਾ। ਅੱਛਾ ਮਤਲਬ ਅਜੇ 1.25 ਮਹੀਨੇ ਇਹਨੇ ਲੈ ਜਾਣਾ ਵਾ। ਹਾਂਜੀ ਹਾਂਜੀ ਕੋਈ 5-4 ਦਿਨ ਪਹਿਲਾਂ ਵੀ ਹੋ ਸਕਦੇ ਬਾਅਦ ਵੀ। ਠੀਕ ਆ। 1 ਤਰੀਕ ਨੂੰ ਜਿਹੜਾ ਇਹਨਾਂ 10ਵਾਂ ਮਹੀਨਾ ਲੱਗ ਜਾਣਾ ਵਾ ਜਿਹੜੀ ਹੁਣ ਆਉਣੀ ਆ। ਹਾਂਜੀ ਹਾਂਜੀ। ਠੀਕ ਆ। ਅਤੇ ਕਿੰਨਾ ਕੁ ਦੁੱਧ ਇਹ ਚਵਾ ਦਿੰਦੀ ਜੇ? ਦੁੱਧ ਭਾਜੀ 16 ਲੀਟਰ ਚਵਾ ਕੇ ਆਉਂਦੇ ਆਈ ਆ ਪਹਿਲਾਂ। ਅੱਛਾ ਹਾਂਜੀ। ਪਿਛਲੇ ਸੋਏ ਜਿਹੜਾ ਇਹਨੇ 16 ਲੀਟਰ ਦੁੱਧ ਇਹਨੇ ਚਵਾਇਆ ਵਾ। ਹਾਂਜੀ ਹਾਂਜੀ ਵਧੀ ਵੀ ਭਾਰੀ ਆ ਮੱਝ ਚਾਹੀਦੀ। ਉਤਨਾ ਇਹ ਕਿ ਚਲੋ ਵੇਖਣ 'ਚ ਤਾਂ ਦੁੱਧ ਵਾਲੀ ਜਾਪਦੀ ਆ, ਸਾਂਭੀ ਸੁੰਭੀ ਵੀ ਚੰਗੀ ਆ, ਰਾਜੀ ਆ ਜਿਹੜੀ ਪੂਰੀ ਬਲੈਕ ਪੂਰੀ ਵੇਖ ਤੇ ਥਣ ਵੀ ਆ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ। ਹਾਂਜੀ। ਤੇ ਖੋਲੋ ਹਾਂ ਫਿਰ ਤੋਰਦੀ ਆ। ਸਰੀਰ ਜਿਹੜੀ ਪੂਰੀ ਭਾਰੀ ਆ, ਬਾਕੀ ਥੱਲੇ ਵੀ ਝਾਲਰ ਚੰਗੀ ਆ, ਝੋਲੀ ਚੰਗੀ ਆ ਥੱਲੇ। ਥੋੜਾ ਡਰਦੀ ਆ, ਕਈ ਵਾਰੀ ਪਸ਼ੂ ਜਿਹੜਾ ਵਾ ਬਾਹਰਲੇ ਬੰਦੇ ਤੋਂ ਡਰ ਜਾਂਦਾ। ਬਾਕੀ ਜਿੱਦਣ ਤਿਆਰ ਹੋਈ ਚੰਗੀ ਤਿਆਰ ਹੋਣੀ ਆ। ਆਹ ਦੇਖ ਸਕਦੇ ਹਵਾਨੇ ਚ ਢਿੱਲਾ ਢੁੱਲਾ ਜਿਹੜੀਆਂ ਕਾਫੀ ਆ, ਜਿਹੜਾ ਹਵਾਨਾ ਪਛਾਣ ਵੀ ਚੰਗਾ ਭਰਨਾ ਇਹਨੇ ਤੇ ਹਵਾਨਾ ਗਾਹਣ ਵੀ ਚੰਗਾ ਭਰਨਾ ਵਾ ਇਹਨੇ। ਤੇ ਮੁੱਲ ਵੀਰ ਜੀ ਫਿਰ ਇਹਦਾ ਆਪਾਂ ਜਾਇਜ਼ ਜਿਹਾ ਕਿੰਨਾ ਕੁ ਰੱਖਣਾ? ਮੁੱਲ ਵੀਰ ਜੀ ਇਹਦਾ ਫਿਰ ਸ਼ਾਮ ਛੱਡ ਕੇ ਦੇ ਦਾਂਗੇ, ਫੋਨ ਤੇ ਕਰ ਲਾਂਗੇ ਮੁੱਲ ਇਹਦਾ। ਅੱਛਾ ਹਾਂਜੀ। 1 ਤਰੀਕ ਨੂੰ ਲੱਗਣਾ ਹੈ 10ਵਾਂ ਮਹੀਨਾ। ਇਹ ਆ ਕਿ ਹੁਣ ਤੇ ਤਾਂ ਕਰਨਾ ਕਿ ਜਿਹੜਾ ਵਾ ਫਿਰ ਹੁਣ ਦਾ ਮੁੱਲ ਹੁਣ ਦੇ ਹਿਸਾਬ ਨਾਲ ਹੋ ਜਾਊਗਾ। ਹੁਣ ਦਾ ਹੋ ਜਾਊਗਾ ਤੇ ਫਿਰ ਬਾਅਦ ਜਨਾ ਫਿਰ ਵਾਧੂ ਉਸ ਹਿਸਾਬ ਨਾਲ ਜਿਹੜਾ ਵਾ ਬਾਜ਼ਾਰ ਦੇ ਨਾਲੋਂ ਸ਼ਾਮ ਛੱਡ ਕੇ ਫਿਰ ਜਿਹੜੀ ਦੇ ਦੋਗੇ ਛੱਡ ਕੇ ਦੇ ਦਾਂਗੇ। ਠੀਕ ਹੈ ਠੀਕ ਹੈ। ਫੋਨ ਇੱਕ ਵਾਰੀ ਲਾਵੇ ਜ਼ਰੂਰ ਹਨਾ। ਲਾਵੇ ਕੋਈ ਨਹੀਂ। ਠੀਕ ਹੈ। ਕਿਉਂਕਿ ਕਈ ਵੀਰ ਹੁੰਦੇ ਆ ਉਹਨਾਂ ਤਿਆਰ ਕਰਕੇ ਵੇਚਣੀਆਂ ਹੁੰਦੀਆਂ ਵਾ, ਫਿਰ ਰੇਟ ਦਾ ਜਿਹੜਾ ਥੋੜਾ ਉੱਲਾ ਹੀ ਰਹਿ ਜਾਂਦਾ ਵਾ। ਇੱਕ ਵਾਰੀ ਆਹ ਪਿੱਛੋਂ ਵੀ ਦੇਖ ਸਕਦੇ ਜੇ ਫਿਰ ਤਾਂ ਚੰਗੀ ਤਰ੍ਹਾਂ ਆ ਦੇਖ ਸਕਦੇ ਚੰਗੀ ਭਰੂਗੀ ਪਛਾਣ ਤੱਕ ਹਵਾਨਾ ਇਹਨੇ ਲੈ ਕੇ ਆਉਣਾ ਪੂਰਾ। ਤੇ ਬਾਕੀ ਪਿੱਠਪੁੜੇ ਦੇ ਵੀ ਜਿਹੜੀ ਚੰਗੀ ਆ, ਬਾਕੀ ਫੋਨ ਲਾਵੇ ਕੋਈ ਇੱਕ ਵਾਰੀ। ਤੇ ਰੇਟ ਜਿਹੜਾ ਇਹਦਾ ਕਹਿੰਦੇ ਕਿ ਨੋਰਮਲ ਹੀ ਆ। ਅਤੇ ਹੁਣ ਗਾਂ ਇੱਕ ਤੁਹਾਨੂੰ ਦਿਖਾਉਣੀ ਆ ਬੜੀ ਸ਼ਾਂਤ ਜੀ ਆ, ਅਤੇ ਸਾਂਭੀ ਸੁੰਭੀ ਵੀ ਚੰਗੀ ਰੀਝ ਨਾ ਵਾ ਕਿਸੇ ਵੀਰ ਨੇ, ਪੂਰੀ ਰਾਜੀ ਆ ਜਿਹੜੀ। ਅਤੇ ਥਾਣੇ ਦੇ ਵੀ ਦੇਖ ਸਕਦੇ ਲਾਗੇ ਤੋਂ ਥਣਾਂ ਦਾ ਸਾਈਜ਼ ਗੈਪ
ਚੰਗਾ ਵਾ ਹਵਾਨੇ ਤੇ ਵੀ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਤੇ ਇਹ ਵੀਰ ਜੀ ਕਿੰਨਾ ਕੁ ਲੈ ਜੂ ਟਾਈਮ? ਕਿੰਨੇ ਵੀਰ ਜੀ ਲੈ ਜਾਣੇ ਜੋ 5 ਕੁ ਦਿਨ ਲੈ ਜਾਣੇ 5 ਕੁ ਦਿਨ ਲੈ ਜੂਗੀ ਤੇ ਇਹ ਕਿੰਨੇ ਕੁ ਦੁੱਧ ਵਾਲੀ ਜੇ? ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੇ ਜੋ ਕੁਛ ਆ ਤੁਹਾਡੇ ਸਾਹਮਣੇ ਹੀ ਕੱਦ ਕਾਠ ਤੋਂ ਬੇਲ ਤੋਂ ਜਿਹੜੀ ਚੰਗੀ ਆ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਫਿਕਸ ਜਿਹਾ ਹਵਾਨਾ ਜਿਹੜਾ ਇਹਨੇ ਬਣਾਉਣਾ ਹੈ ਸਾਡੇ ਹਵਾਨਾ ਇਹਦੇ ਲਾਗੇ ਤੋਂ ਤੇ ਠੰਡੀ ਧੀਰੀ ਉਤਰਾ ਪੂਰੀ ਹਾਂ ਦੇਖ ਸਕਦੇ ਜਿਸ ਤਰ੍ਹਾਂ ਮਰਜ਼ੀ ਠੀਕ ਹੈ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਫਿਰ ਆਪਾਂ ਅੱਛਾ ਜੇ ਅੱਜ ਹੀ ਗੱਲ ਕਰੀਏ ਫਿਰ ਦੇਣ ਲੈਣ ਵਾਲੀ ਕਿੰਨੇ ਦੀ ਦੇਣੀ ਆ ਠੀਕ ਆ ਜੇ ਅੱਜ ਹੀ ਗੱਲ ਬਿਲਕੁਲ ਮੁਕਾਈਏ ਜੈਸ ਨਾ ਕਰੀਏ ਫਿਰ ਵਿੱਚੋਂ ਕਰੀਏ ਹੋਰ ਮੈਂ ਜੇ ਕਸਰ ਬੜੀ ਜੇ ਹਾਂਜੀ ਹਾਂਜੀ ਕਿੰਨਾ ਛੱਡੀਏ ਵਿੱਚੋਂ ਅਜੇ ਵੀ ਕਸਰ ਹੈਗੀ ਆ ਕਿੰਨੇ 65 ਦੀ ਕਰ ਦਈਏ ਫਿਰ 65 ਦੇ ਹਾਂਜੀ ਚਲੋ ਯਾਰ ਹੋਰ ਛੱਡ ਦਾਂਗੇ 65 ਦੇ ਵਿੱਚੋਂ ਅੱਛਾ 64 ਦੀ ਦੇ ਦੋਗੇ ਇੱਥੋਂ ਛੋਟ ਕਰ ਦੋਗੇ ਛੋਟ ਸਪਾ ਕਰ ਦਾਂਗੇ ਕੋਈ ਕਿੰਨੀ ਕਰ ਦੋਗੇ ਛੋਟ ਕਰ ਦਾਂ ਕੋਈ ਮੌਕੇ ਤੇ ਕਰ ਦਾਂਗੇ ਕੋਈ ਯਾਰ 2000 ਮੌਕੇ ਤੇ ਆਪੇ ਹੋ ਜਾਊਗੀ ਫੋਨ ਲਾਵੇ ਇੱਕ ਵਾਰੀ ਜ਼ਰੂਰ ਕੇ ਖਾਲੀ ਨਹੀਂ ਮੋੜਦਾਂਗੇ ਪਹਿਲੀ ਵੀਡੀਓ ਆ ਆਪਣੀ ਫਿਰ ਉਸ ਹਿਸਾਬ ਨਾਲ ਜਿਹੜਾ ਵਾ ਕਰ ਲਿਓ ਵੀ ਜਿਹੜਾ ਵਾ ਕੋਈ ਵੀਰ ਗਾਂ ਵੀ ਦੁਬਾਰਾ ਫੇਰ ਆਵੇ ਠੀਕ ਆ ਤੇ ਠੀਕ ਹੈ ਵੀਰ ਜੀ ਹੋਰ ਖੁਸ਼ ਹੈ ਨਾ ਫਿਰ ਬਾਕੀ ਇਹ ਕਿ ਦੋਵੇਂ ਗੱਬਣਾ ਵਾ ਇੱਥੇ ਆ ਕੇ ਟਿੱਪ ਕੇ ਖੜੋ ਉਹ ਵੀ ਗੱਬਣੇ ਪਾਸ ਕਰਕੇ ਆਪਣੀ ਪਾਸ ਕਰਕੇ ਖੜੋ ਤਸੱਲੀ ਕਰਕੇ ਖੜੋ ਹੈ ਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋਵੇਂ ਗੱਬਣਾ ਵਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਜੀ